ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਅਮਨ ਲੂਣਾ। ਮੋਹਾਲੀ ਦੇ ਬਲੌਂਗੀ 'ਚ ਦੇਰ ਰਾਤ ਇੱਕ ਭਿਆਨਕ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੈ, ਜਿਹਦਾ ਕਿ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਮਾਮਲੇ ਦੀ ਜਾਣਕਾਰੀ ਦੱਸ ਦਿੰਦੇ ਹਾਂ, ਬਲੌਂਗੀ 'ਚ ਬੀਤੀ ਦੇਰ ਰਾਤ ਮੋਟਰਸਾਈਕਲ ਸਵਾਰ ਦੋ ਯੁਵਕ ਇੱਕ ਵੇਰਕਾ ਟਰੱਕ ਦੀ ਚਪੇਟ 'ਚ ਆ ਗਏ, ਜਿਸ ਕਾਰਨ ਇੱਕ ਯੁਵਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਭੜਕੇ ਹੋਏ ਲੋਕਾਂ ਨੇ ਪੁਲਿਸ ਦੀ ਗੱਡੀਆਂ 'ਤੇ ਪਥਰਾਅ ਕਰ ਦਿੱਤਾ, ਅਤੇ ਇਸ ਪਥਰਾਅ ਦੇ ਦੌਰਾਨ ਪੁਲਿਸ ਦੀ 3-4 ਗੱਡੀਆਂ ਦੇ ਸ਼ੀਸ਼ੇ ਵੀ ਟੁੱਟੇ ਗਏ ਨੇ। ਮੌਕੇ 'ਤੇ ਇੰਸਪੈਕਟਰ ਸੁਮਿਤ ਮੋਰ ਪਹੁੰਚਦੇ ਨੇ ਆਪਣੀ ਟੀਮ ਨਾਲ, ਅਤੇ ਉਹਨਾਂ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ, ਅਤੇ ਇਸ ਤੋਂ ਇਲਾਵਾ ਜਿਹੜੇ ਪਰਿਜਨ ਹੈ ਮ੍ਰਿਤਕ ਦੇ ਉਹਨਾਂ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ, ਉਹ ਵੀ ਸਾਫ਼ ਤੌਰ 'ਤੇ ਸੁਣਾ ਦਿੰਦੇ ਹਾਂ। ਕਿਹੜੀ ਜਗ੍ਹਾ? ਜਿਹੜੇ ਬੰਦੇ ਬੈਠੇ ਸੀਗੇ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਬਾਈ ਡੇਢ ਘੰਟਾ ਹੋ ਗਿਆ ਬੰਦੇ ਨੂੰ ਫੜੇ, ਪੁਲਿਸ ਕਿਉਂ ਨਹੀਂ ਆਈ, ਐਂਬੂਲੈਂਸ ਕਿਉਂ ਨਹੀਂ ਆਈ? ਉਹਨਾਂ ਦਾ ਕਹਿਣਾ ਇਹ ਸੀਗਾ ਤਾਂ ਕਰਕੇ ਉਹ ਬੈਠੇ ਗੋਲੀ ਉਹਦੇ ਕਰਕੇ ਸਾਨੂੰ ਨਹੀਂ ਪਤਾ ਬਾਕੀ ਬੰਦੇ ਕੌਣ ਸੀਗੇ, ਇਹ ਗੱਡੀ ਥੱਲੇ ਆ ਗਿਆ ਜੀ। ਇਹ ਕਾਹਦੇ ਵਾਰ ਸੀ ਜੀ? ਬੰਦਾ ਇਹ ਮੋਟਰਸਾਈਕਲ 'ਤੇ ਸੀਗੇ ਜੀ। ਠੀਕ ਹੈ ਜੀ, ਦੋ ਬੰਦੇ ਸੀਗੇ, ਇੱਕ ਕਹਿੰਦਾ ਇਸ ਫਲਾਈਟ 'ਤੇ ਆਉਂਦਾ ਸੀਗਾ ਅਤੇ ਦੂਸਰਾ ਜਿਸੇ ਡੈਥ ਹੋ ਗਈ ਸੀ ਮੋਟਰਸਾਈਕਲ 'ਤੇ। ਦੋ ਬੰਦੇ ਸੀਗੇ, ਦੋ ਬੰਦੇ ਸੀਗੇ। ਮੋਹਾਲੀ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਣਾ, ਦੈਨਿਕ ਸਵੇਰਾ ਟੀਵੀ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।